ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਅਸ਼ੋਕ ਕੁਮਾਰ ਨੇ ਅੱਜ ਮੋਹਾਲੀ ਸਥਿਤ ਆਪਣੇ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ। ਉਹਨਾਂ ਦੇ ਅਹੁਦਾ ਸੰਭਾਲਣ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਤੋਂ ਇਲਾਵਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਵਿਧਾਇਕ ਪੁੱਜੇ। ਅਹੁਦਾ ਸੰਭਾਲਣ ਤੋਂ ਬਾਅਦ ਅਸ਼ੋਕ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇੱਕ ਸਮਾਜ ਸੇਵੀ ਦੇ ਤੌਰ 'ਤੇ ਪਹਿਲਾਂ ਵੀ ਸਮਾਜ ਵਿਚਰਦੇ ਹਨ ਅਤੇ ਹੁਣ ਸਰਕਾਰ ਨੇ ਉਹਨਾਂ ਦੀ ਜ਼ਿੰਮੇਵਾਰੀ ਜੋ ਲਾਈ ਹੈ ਉਹ ਉਸ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ ਅਤੇ ਸੜਕਾਂ 'ਤੇ ਬੇਸਹਾਰਾ ਘੁੰਮਦੇ ਪਸ਼ੂਆਂ ਦੇ ਬਿਹਤਰ ਯੋਗਦਾਨ ਲਈ ਆਪਣੀ ਡਿਊਟੀ ਨਿਭਾਉਣਗੇ। ਉਹਨਾਂ ਕਿਹਾ ਕਿ ਲਾਂਪੀ ਸਕਿਨ ਤੋਂ ਵੀ ਗਊਆਂ ਨੂੰ ਬਚਾਉਣ ਲਈ ਸਰਕਾਰ ਪੂਰੀ ਤਨਦੇਹੀ ਨਾਲ ਜੁਟੀ ਹੋਈ ਹੈ ਅਤੇ ਹੁਣ ਇਹ ਬਿਮਾਰੀ ਕਾਬੂ ਦੇ ਵਿੱਚ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਉਹਨਾਂ ਨੂੰ ਅਹੁਦਾ ਸੰਭਾਲਣ 'ਤੇ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਗਊ ਧਨ ਦੀ ਸੇਵਾ ਸੰਭਾਲ ਲਈ ਅਸ਼ੋਕ ਕੁਮਾਰ ਆਪਣਾ ਬਿਹਤਰ ਯੋਗਦਾਨ ਪਾਉਣਗੇ। ਸੱਚ ਕਹੋ ਲਈ ਚੰਡੀਗੜ੍ਹ ਤੋਂ ਸੁਖਜੀਤ ਮਾਨ। ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਅਤੇ ਕੀ ਹੁਣ ਤੁਹਾਡਾ ਰੋਲ ਰਹੇਗਾ, ਤੁਹਾਨੂੰ ਚੇਅਰਮੈਨ ਹੀ ਦਿੱਤੀ ਹੈ ਗਊ ਸੇਵਾ ਆਯੋਗ ਦੀ, ਕੀ ਪ੍ਰਾਇਰਟੀਜ਼ ਰਹਿਣਗੀਆਂ? ਦੇਖੋ ਪਹਿਲਾਂ ਤਾਂ ਮੈਂ ਸਾਰੇ ਪਹਿਲਾਂ ਤਾਂ ਗੱਲ ਇਸ ਨੂੰ ਮੈਂ ਦੱਸਣਾ ਚਾਹੁੰਦਾ ਸਾਰੀ ਪ੍ਰੈਸ ਰਾਹੀਂ ਵੀ ਮੈਂ ਕੋਈ ਲੀਡਰ ਨਹੀਂ ਹੈਗਾ। ਮੈਂ ਪਹਿਲਾਂ ਤੋਂ ਇੱਕ ਸਮਾਜ ਸੇਵੀ ਸੀ, ਸਮਾਜ ਸੇਵਾ ਲਈ ਮੈਨੂੰ ਕੰਮ ਮਿਲਿਆ। ਇਹ ਜਿੰਨਾ ਮੈਨੂੰ ਮਾਣ ਸਤਿਕਾਰ ਮਿਲ ਰਿਹਾ ਇਹ ਸਭ ਮੇਰੇ ਬੇਟੇ ਦੀ ਮਿਹਨਤ, ਸੰਦੀਪ ਸਿੰਗਲਾ ਦੀ, ਉਹਦਾ ਮਾਣ ਸਤਿਕਾਰ ਹੈ। ਅਤੇ ਮੈਂ ਧੰਨਵਾਦ ਪਹਿਲਾਂ ਸਭ ਨੂੰ ਪਹਿਲਾਂ ਧੰਨਵਾਦ ਕਰਦਾ ਸਾਡੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਡੇ 'ਤੇ ਮੇਰੇ 'ਤੇ ਵਿਸ਼ਵਾਸ ਜਿਤਾਇਆ, ਕੇਜਰੀਵਾਲ ਜੀ ਦਾ, ਰਾਘਵ ਚੱਡਾ ਜੀ ਦਾ ਅਤੇ ਆਪਣੇ CM ਸਾਹਿਬ ਦਾ ਅਤੇ ਸਮੁੱਚੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਜਿਤਾਇਆ। ਔਰ ਮੈਂ ਆਪਣੀ ਤਨਦੇਹੀ ਨਾਲ ਜੋ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਨਾਂ ਨੇ ਨਿਭਾਉਣ ਦੀ ਕੋਸ਼ਿਸ਼ ਕਰੂੰਗਾ। ਕੋਈ ਪਲਾਨ ਹੈ? ਕਿਉਂਕਿ ਲਗਾਤਾਰ ਗਊਆਂ ਨੇ ਜਿਵੇਂ ਸੜਕਾਂ 'ਤੇ ਘੁੰਮਦੀਆਂ ਨੇ, ਬਹੁਤ ਸਾਰੀਆਂ ਜਿਹੜੀਆਂ ਨੇ ਗਊਸ਼ਾਲਾ ਉਹ ਭਰੀਆਂ ਪਈਆਂ ਨੇ, ਇਹਨੂੰ ਲੈ ਕੇ ਕੋਈ ਹੈ ਕੋਈ ਧਿਆਨ ਦੇ ਵਿੱਚ ਕੋਈ? ਦੇਖੋ ਸਾਡੇ ਜਿਵੇਂ ਕਹਿੰਦੇ ਦਿਲ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਉਹ ਸੀ ਵੀ ਜਿੰਨੀਆਂ ਗਊਆਂ ਸੜਕ 'ਤੇ ਫਿਰਦੀਆਂ ਵੀ ਕੋਈ ਇਹਨਾਂ ਦਾ ਕੋਈ ਉਹ ਕੀਤਾ ਜਾਵੇ। ਹੁਣ ਸਰਕਾਰ ਨੇ ਸਾਡੇ 'ਤੇ ਜ਼ਿੰਮੇਵਾਰੀ ਪਾਈ ਹੈ, ਮੈਨੂੰ ਉਮੀਦ ਹੈ ਵੀ ਮੈਂ ਜਿੰਨਾ ਵੱਧ ਤੋਂ ਵੱਧ ਕਰ ਸਕਿਆ ਤਾਂ ਕਰਨ ਦੀ ਕੋਸ਼ਿਸ਼ ਕਰੂੰਗਾ। ਅਤੇ ਜਿਸ ਤਰੀਕੇ ਨਾਲ ਬਿਮਾਰੀ ਫੈਲੀ ਹੋਈ ਹੈ ਲੰਪੀ ਸਕਿਨ ਦੀ ਗਊਆਂ ਦੇ ਵਿੱਚ ਕਾਫੀ ਸਾਰੀ ਹੈਗੀ, ਉਸਦੇ ਲਈ ਕੋਈ ਨਜਿੱਠਣ ਲਈ ਕੋਈ ਨਵਾਂ ਪ੍ਰੋਬਲਮ? ਦੇਖੋ ਪਹਿਲਾਂ ਤਾਂ ਅਸੀਂ ਧੂਰੀ ਤੋਂ ਸ਼ੁਰੂਆਤ ਕੀਤੀ ਅਸੀਂ ਆਪ ਜੀ, ਜਦੋਂ ਸਾਨੂੰ ਪਤਾ ਲੱਗਿਆ ਸਾਡੇ 'ਤੇ ਇੱਕ ਗਊ ਧਾਮ ਹੈਗਾ ਜੀ, ਅਤੇ ਉਹਨਾਂ ਨੇ ਆ ਕੇ ਸਾਨੂੰ ਕਿਹਾ ਵੀ ਗਊਆਂ 'ਚ ਬਿਮਾਰੀ ਹੈ ਇਸ ਤਰ੍ਹਾਂ ਦੀ, ਤਾਂ ਉਹਨਾਂ ਨੂੰ ਅਸੀਂ ਪਹਿਲਾਂ ਹੀ ਇਹ ਕਿਹਾ ਵੀ ਦਵਾਈ ਮੰਗਵਾਓ ਜਿੰਨੀ ਮਿਲਦੀ ਹੈ ਜਿੱਥੋਂ ਮਿਲਦੀ ਹੈ, ਜਿੰਨਾ ਕੁ ਚਿਰ ਅਸੀਂ ਇਹਨੂੰ ਅਫੋਰਡ ਕਰਾਂਗੇ ਅਸੀਂ ਕਰਾਂਗੇ, ਨਹੀਂ ਘਰ ਘਰ ਜਾਵਾਂਗੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ। ਅਤੇ ਉਦੋਂ ਬਾਅਦ ਸਰਕਾਰ ਨੇ ਵੀ ਦਵਾਈ ਦਵੂਈ ਦਿੱਤੀ, ਬਹੁਤ ਉਪਰਾਲਾ ਕੀਤਾ ਅਤੇ ਹੁਣ ਬਿਲਕੁਲ ਤਕਰੀਬਨ ਠੀਕ ਹੈਗੀ, ਹੁਣ ਬਿਮਾਰੀ ਹੁਣ ਕੋਈ ਬਿਮਾਰੀ ਨਹੀਂ ਹੈ। ਜਿਹੜੇ ਪਸ਼ੂ ਮਰੇ ਨੇ ਕੋਈ ਮੁਆਵਜ਼ੇ ਨੂੰ ਲੈ ਕੇ ਵੀ ਸਰਕਾਰ ਨੂੰ ਮੰਗ ਕਰ ਰਹੇ ਨੇ ਬਹੁਤ ਸਾਰੇ, ਕੋਈ ਇਸ ਤਰ੍ਹਾਂ ਦੀ ਕੋਈ ਹੈ ਪ੍ਰਪੋਜ਼ਲ? ਦੇਖੋ ਮਰੇ ਤਾਂ ਹੈ ਪਸ਼ੂ ਜਿਹੜੇ ਲੋਕਾਂ ਨੇ ਘਰਾਂ 'ਚ ਰੱਖੇ ਹੋਏ ਸੀ, ਔਰ ਜਿਹੜੇ ਸੜਕਾਂ 'ਤੇ ਸੀ ਉਹ ਵੀ ਮਰੇ ਹੈਗੇ ਆ। ਇਹ ਬਹੁਤ ਮਾੜਾ ਮਤਭਾਗਾ ਕੰਮ ਹੋਇਆ ਹੈਗਾ, ਗਊਵੰਸ਼ ਦਾ ਨੁਕਸਾਨ ਹੋਇਆ, ਅਤੇ ਕਰਾਂਗੇ ਕੋਸ਼ਿਸ਼, ਹੁਣ ਦੇਖਾਂਗੇ ਕੀ ਕੁਛ ਹੈ ਸਾਡੇ ਕੋਲ, ਕੀ ਬਜਟ ਹੈ, ਕਿਸ ਤਰ੍ਹਾਂ ਚੱਲੂਗਾ, ਜਦੋਂ ਇਹਨੂੰ ਮਤਲਬ ਬਹੁਤ ਸੁਚੇ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ, ਥੈਂਕ ਯੂ। ਦੇਖੋ ਅੱਜ ਸਾਡੇ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਲੱਖਾ ਜੀ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਅਪੁਆਇੰਟ ਕੀਤਾ ਗਾ, ਔਰ ਲੱਖਾ ਜੀ ਦੀਆਂ ਪਾਰਟੀ ਪ੍ਰਤੀ ਸੇਵਾਵਾਂ, ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਆ। ਔਰ ਮੈਂ ਸਮਝਦਾ ਕਿ ਪਸ਼ੂ ਧਨ ਨੂੰ ਗਊ ਧਨ ਨੂੰ ਸਾਂਭਣ ਦੇ ਵਿੱਚ ਉਹਨਾਂ ਦੀ ਰੱਖਿਆ ਕਰਨ ਦੇ ਵਿੱਚ ਅਹਿਮ ਰੋਲ ਜਿਹੜਾ ਅਸ਼ੋਕ ਜੀ ਨਿਭਾਉਣਗੇ, ਔਰ ਮੇਰੇ ਵੱਲੋਂ ਸਮੁੱਚੀ ਪਾਰਟੀ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ ਯੂਟਿਊਬ 'ਤੇ ਸੱਚ ਕਹੂੰ ਪੰਜਾਬੀ ਚੈਨਲ, ਇਸ ਦੇ ਨਾਲ ਹੀ ਬੈਲ ਆਈਕਨ ਦੱਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।